ਪੁਲਿਸ ਦੀ ਨੌਕਰੀ ਵੀ ਜਿਹੜੀ ਉਹ ਕਰਦੇ ਨੇ ਔਰ ਬਤੌਰ ਡਾਇਰੈਕਟਰ ਵੀ ਇੱਕ ਕੰਮ ਕਰਦੇ ਨੇ ਸੁਖਦੇਵ ਸਿੰਘ ਜੀ ਐਸ ਆਈ ਸਾਹਿਬ ਪੰਜਾਬੀ ਮਾਂ ਬੋਲੀ ਦੇ ਬੜੇ ਅੱਛੇ ਲੇਖਕ ਵੀ ਨੇ ਅੱਜ ਸਾਡੇ ਵਿੱਚ ਵਿਰਾਜਮਾਨ ਹੋਏ ਨੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਡਿਊਟੀ ਦੇ ਨਾਲ ਜਿਹੜੀ ਮਾਂ ਬੋਲੀ ਦੀ ਸੇਵਾ ਕਰਨੀ ਬੜਾ ਵੱਡਾ ਉਦਮ ਹੈ ਕਿਉਂਕਿ ਬੜੇ ਵਧੀਆ ਵਧੀਆ ਕਲਾਕਾਰ ਜਿਹੜੇ ਆ ਪੰਜਾਬ ਪੁਲਿਸ ਦੀ ਨੌਕਰੀ ਕਰ ਰਹੇ ਨੇ ਪਰ ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਇੱਕ ਅਨੋਖੀ ਦਿੱਖ ਦਿੱਤੀ ਹੈ ਨੌਕਰੀ ਦੇ ਨਾਲ ਨਾਲ ਉਹਨਾਂ ਨੇ ਇਸ ਸ਼ੌਂਕ ਨੂੰ ਅਪਣਾਇਆ ਹੋਇਆ ਲਓ ਜੀ ਲੱਗਦਾ ਰਾਜਕੁਮਾਰ ਜੀ ਬੈਟਿੰਗ ਕਰਨ ਲੱਗ ਗਏ ਤਾੜੀ ਮਾਰ ਦਿਓ ਵੀ ਜ਼ੋਰਦਾਰ ਸੁਖਦੇਵ ਸਿੰਘ ਜੀ ਐਸ ਆਈ ਸਾਹਿਬ ਇਹਨੇ ਮਾਰ ਦਿਓ ਸੁਖਦੇਵ ਸਿੰਘ ਜੀ ਇਹ ਬਾਈ ਅੱਛੇ ਕਲਾ ਖਿਡਾਰੀ ਵੀ ਨੇ ਵੀ ਤਾੜੀ ਮਾਰੋ ਮਿਹਰਬਾਨੀ ਸਰਕਾਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਦਾਰ ਸੁਖਦੇਵ ਸਿੰਘ ਜੀ ਐਸ ਆਈ ਸਾਹਿਬ ਜੀ ਖਿਡਾਰੀ ਵੀ ਨੇ ਬਾਈ ਬਾਕੀ ਕਿਆਮਤ ਨੇ ਸਾਰੇ ਪਾਸਿਆਂ ਤੋਂ ਪੂਰੇ ਆ 16 ਕਲਾ ਸੰਪੂਰਨ ਨੀ ਮੇਰੇ ਸਿਰ ਦਾ ਸਾਈਏ ਮਾਲਕ ਵੱਲੋਂ ਬਖਸ਼ਿਆ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਇਸ ਖੇਡ ਮੇਲੇ ਤੇ ਤੁਹਾਡਾ ਜੀ ਆਇਆਂ ਨੂੰ ਕੋਲ ਸਾਹਿਬ ਕਰ ਦਿਓ ਚਾਲੂ ਠੀਕ ਹੈ ਜੀ ਕਹਿੰਦੀ ਆਹ ਫਰੀ ਦੀ ਟੱਕਰ ਹੈ ਇੱਕ ਪਾਸੇ ਕਹਿੰਦੇ ਬਰਨਾਲਾ ਤੇ ਦੂਜੇ ਪਾਸੇ ਕਹਿੰਦੇ ਧੂਰੀ ਆ ਫੜੀ ਵੀਰੇ ਆ ਧੂਰੀ ਵਾਲਿਆਂ ਦੀ ਨੇ ਬੈਟਿੰਗ ਕੋਲ ਸਾਹਿਬ ਬਰਨਾਲੇ ਦੀ ਹੈ ਬੈਟਿੰਗ ਦੱਸਿਓ ਜੀ ਕੀ ਦੀ ਹੈ ਡਾਣ ਗੱਲ ਰੇ ਇੰਤਿਹਾਰ ਆ ਜਾਓ ਬਾਈ ਜਿਹੜੀ ਟੀਮ ਕਹਿੰਦੇ ਮੈਚ ਜਿੱਤੀ ਹੈ ਨਾ ਹੱਸ ਕੇ ਆ ਜਾਓ ਬਾਈ ਵੀ ਹੱਸਾ ਵਾਲਾ ਭੇਡ ਕਹਿੰਦੇ ਬੈਟਸਮੈਨ ਤੇ ਬੋਲਰਾਂ ਦਾ ਜੀਰੋ ਐਡ ਗੇਟ ਕਹਿੰਦੇ ਤਾੜੀ ਮਾਰਦੇ ਦੋਨੇ ਟੀਮਾਂ ਦੇ ਲਈ ਕਹਿੰਦੇ ਸਿਰੇ ਦੀ ਟੱਕਰ ਹੈ ਇੱਕ ਸਾਈਡ ਕਹਿੰਦੇ ਜ਼ਿਲ੍ਹਾ ਬਰਨਾਲਾ ਤੇ ਦੂਜੀ ਸਾਈਡ ਕਹਿੰਦੇ ਸੰਗਰੂਰ ਰਾਜਕੁਮਾਰ ਜੀ ਮਸਤਵਾਣਾ ਸਾਹਿਬ ਔਰ ਸਰਦਾਰ ਸੁਖਦੇਵ ਸਿੰਘ ਜੀ ਏ ਐਸ ਆਈ ਸਾਹਿਬ ਵਿਸ਼ੇਸ਼ ਤੌਰ ਤੇ ਆ ਕੇ ਉਹਨਾਂ ਨੇ ਇਸ ਰੌਣਕ ਨੂੰ ਵਧਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਧਨੌਲਾ ਵੱਲੋਂ ਸਮੁੱਚੇ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹਾਂਜੀ ਚਲਾਓ ਜੀ ਚਲਾਓ ਕੋਲ ਸਾਹਿਬ ਰੂਲ ਸਾਰਿਆਂ ਨੂੰ ਪਤਾ ਹੀ ਹੈ ਖਿਡਾਰੀਆਂ ਨੂੰ ਚਾਰ ਓਵਰਾਂ ਦਾ ਮੈਚ ਹੈ ਜੀ ਕਹਿੰਦੇ ਪਹਿਲਾ ਓਵਰ ਕਹਿੰਦੇ ਧੂੜੀ ਕਹਿੰਦੇ ਸੀਪੇ ਨੇ ਮਸੂਰ ਕੀਤਾ ਕਹਿੰਦੇ ਕ੍ਰਿਕਟ ਦੇ ਵਿੱਚ ਕਹਿੰਦੇ ਸਿਰਾ ਕਰਾਤਾ ਵੀ ਅੱਜ ਕੱਲ੍ਹ ਕਹਿੰਦੇ ਕ੍ਰਿਕਟ ਦਾ ਵੱਧ ਗਿਆ ਕਰੇਜ਼ ਫੇਸਬੁੱਕ ਉੱਤੇ ਕਹਿੰਦੇ ਬਣ ਗਿਆ ਪੇਜ ਜਿਹੜਾ ਮੇਰਾ ਵੀਰ ਕਹਿੰਦੇ ਲਾਈਵ ਕਰਾ ਰਿਹਾ ਹੈ ਬਰਨਾਲਾ ਤਾਸ ਤੋਂ ਕਹਿੰਦੇ ਗੁਰਤੇਜ ਜਿਹਨੇ ਕਹਿੰਦੇ ਮੈਚ ਆਨ ਰੱਖਿਆ ਹੋਇਆ ਕਹਿੰਦੇ ਲਾਈਵ ਕਰਦੇ ਹੋ ਇਹ ਮੈਚ ਕਹਿੰਦੇ ਮੈਚ ਸਟਾਰਟ ਕਰ ਦਿਓ ਬਾਈ ਡਾਂਡ ਕਰ ਲਿਆ ਛੇਤੀ ਕਰ ਬਾਈ ਮੈਚ ਕਿਉਂਕਿ ਟੀਮਾਂ ਬਾਕੀ ਨਹੀਂ ਆਪਣੇ ਕੋਲੇ ਹੈਂ ਮਣੀ ਸੀ ਨਾ ਬਾਈ ਕਿਹੜਾ ਗੌਰਵ ਖੇਡ ਮੈਦਾਨ ਦੇ ਵਿੱਚ ਵੀ ਮਣੀ ਨੇ ਗੇਂਦਬਾਜ਼ੀ ਕਰਨੀ ਹੈ ਸਾਹਮਣੇ ਕਹਿੰਦੇ ਬਰਨਾਲੇ ਵਾਲਾ ਕੌਣ ਹਾਂ ਤੂੰ ਕੌਣ ਬੋਲਦਾ ਪਹਿਲੀ ਗੇਂਦ ਕਹਿੰਦੇ ਪਹਿਲੀ ਪੇਸੀ ਹੈ ਤੂੰ ਹੁਣ ਕਿਉਂ ਪਹਿਲੀ ਗੇਂਦ ਕਹਿੰਦਾ ਉਹ ਕਹਿੰਦਾ ਗਵਰੀ ਕਹਿੰਦਾ ਵੀ ਬਾਈ ਗੇਂਦ ਜੀ ਬੁੱਧੂ ਆ ਫਿਰ ਉਹ ਪਤਾ ਨੀ ਯਾਰ ਤੈਨੂੰ ਵੀ ਪਤਾ ਹੀ ਹੈ ਕਿਹੋ ਜਿਹਾ ਬੰਦਾ ਲੈ ਬਰਨਾਲੇ ਵਾਲਿਆ ਆ ਗੇਂਦ ਤੇ ਛੱਕਾ ਮਾਰਨਾ ਗੱਲ ਫੇਰ ਬਣੀ ਹੈ ਕਹਿੰਦੇ ਧੂਰੀ ਵਾਲੇ ਨੂੰ ਛੱਕਾ ਮਾਰੀ ਗੱਲ ਫੇਰ ਬਣੀ ਹੈ ਨਾ ਹੋ ਗਈ ਕਿਆ ਹੁਣ ਫੇਰ ਬਣੀ ਹੈ ਗੱਲ ਕੀ ਹੋ ਗਈ ਹੁਣ ਪਰ ਕਹਿੰਦੇ ਡਾਊਟ ਗੇਂਦ ਇਹ ਕਹਿੰਦੇ ਦੀਪੇ ਦਾ ਗਰਾਈ ਸੀਪੇ ਦਾ ਗਰਾਈ ਕਹਿੰਦੇ ਧੂਰੀ ਤੋਂ ਆਇਆ ਕਹਿੰਦੇ ਮੁੰਡਾ
ਗਲਤ ਉਹ ਗਲਤ ਤਾਂ ਚੱਲ ਜਿਹਨੂੰ ਬੋਲ ਗਿਆ ਆਪਾਂ ਤਾਂ ਉਹਨੇ ਨੀ ਗੁੱਸਾ ਕੀਤਾ ਮੈਂ ਤਾਂ ਉਹਨੂੰ ਕਿਹਾ ਮੈਂ ਚੱਲ ਯਾਰ ਕਹਿ ਗਿਆ ਤਾਂ ਕਹਿ ਗਿਆ ਚੱਲ ਫਿਰ ਗੱਡੀ ਆਪਾਂ ਯਾਰ ਬੂਟੇ ਰੋਡ ਕੱਟ ਪਿੱਛੇ ਹੋ ਗਏ ਮੇਰੀ ਨਾ ਉਹ ਤਾਂ ਮੇਰੀ ਇਸ ਸੀ ਮੈਨੇ ਰੱਖਣੀ ਕਿ ਨਹੀਂ ਰੱਖਣੀ ਮੈਂ ਟੂਰਨਾਮੈਂਟ ਵੀ ਕੈਂਸਲ ਕਰਾ ਕੇ ਆਇਆ ਤੂੰ ਕਹਿ ਦੇਗਾ ਤੇਰੀ ਗਲਤੀ ਆ ਤੂੰ ਟੂਰਨਾਮੈਂਟ ਕੈਂਸਲ ਕਰਾ ਦੂ ਆ ਪੋਸਟਰ ਆ ਪਿਆ ਬਾਈ ਕਿੱਥੇ ਵਾਲਾ ਪੋਸਟਰ ਆ ਪਿਆ ਪੋਸਟਰ ਲੈ ਜਾ ਵੀਰ ਧੋਲੇ ਵਾਲਾ ਸੁਖੀ ਆ ਗਿਆ ਹੈਲੋ ਇੱਕ ਓਵਰ ਦੀ ਸਮਾਪਤੀ ਦੇ ਚਾਰ ਰਨ ਬਰਨਾਲਾ ਦੀ ਟੀਮ ਦੇ ਇੱਕ ਓਵਰ ਦੀ ਸਮਾਪਤੀ ਤੇ ਚਾਰ ਰਨ ਬਰਨਾਲੇ ਵਾਲੇ ਚਾਰ ਰਨ ਨੇ ਇੱਕ ਓਵਰ ਦੀ ਸਮਾਪਤੀ ਕਹਿੰਦੇ ਰਨ ਚਾਰ ਜਿੰਨੇ ਮੈਚ ਦੇਖ ਰਹੇ ਹੋ ਮੇਰੇ ਸਾਰਿਆਂ ਨੂੰ ਬੇਨਤੀ ਹੈਗੀ ਮੈਚ ਨੂੰ ਵੱਧ ਸ਼ੇਅਰ ਕਰੋ ਘੇਰਾ ਖੁੱਲ ਚੁੱਕਿਆ ਜੀ ਹੁਣ ਪੰਜ ਫੀਲਡਰ ਬਾਹਰ ਕਰ ਸਕਦੇ ਹੋ ਲੈਫਟ ਸਾਈਡ ਨੂੰ ਪੰਜ ਫੀਲਡਰ ਰੱਖੇ ਜਾਣਗੇ ਬਿਨਾਂ ਬਾਲਰ ਬਿਨਾਂ ਕੀਪਰ ਇਹ ਬੋਲਣਾ ਲਿਖ ਕੇ ਛੇਵਾਂ ਫੀਲਡਰ ਹੋਣ ਤੇ ਨੌ ਬਾਲ ਹੈ ਧੰਨਵਾਦ ਜੀ ਚੱਲ ਲਿਖ ਲੈ ਹੈਲੋ ਹਾਂ ਬਾਈ ਕੌਣ ਮੈਂ ਇਤਰਾਜ ਕਿਉਂ ਲਵਾਉਂਗਾ ਗੌਰਵਨ ਤੂੰ ਮੇਰੇ ਉਹਦੇ ਪਿੱਛੇ ਲੜਦਾ ਮੈਥੋਂ ਕੁਛ ਮੂਰ ਦੀਪੂ ਉਹਦੇ ਪਿੱਛੇ ਲੜਦਾ ਅਗਲੇ ਬਾਲ ਬੱਲੀ ਦੇ ਕਰ ਰਹੀ ਹੈ ਦੀਪੂ ਉਧਰ ਸਟੇਜ ਤੇ ਕਹਿੰਦੇ ਸਾਡੇ ਮੁੱਖ ਮਹਿਮਾਨ ਰਾਜ ਕੁਮਾਰ ਕਹਿੰਦੇ ਬੜ ਰੁੱਖਾਂ ਵਾਲੇ ਜਿਨ੍ਹਾਂ ਵੱਲੋਂ ਕਹਿੰਦੇ ਮੈਂ ਕੀ ਤੁਹਾਨੂੰ ਇਤਰਾਜ ਗੁਰੂ ਇਬਰਾਹਿਮ ਲੋਕ ਭਲਾਈ ਕਲੱਬ ਨੂੰ ਕਹਿੰਦੇ ਟਰੈਕ ਸੂਟ ਤੇ ਜਾਣਗੇ ਮੈਂ ਕੀ ਤੋਂ ਇਤਰਾਜ਼ ਵੀਰਾਂ ਦਾ ਧੰਨਵਾਦ ਰਾਜ ਕੁਮਾਰ ਕਹਿੰਦੇ ਬੜ ਰੁੱਖਾਂ ਵਾਲੇ ਸਾਰੀ ਟੀਮ ਨੂੰ ਕਹਿੰਦੇ ਟਰੈਕ ਸੂਟ ਦਿੱਤੇ ਜਾਣਗੇ ਕਹਿੰਦੇ ਤੈਨੂੰ ਕਿਹਨੇ ਕਿਹਾ ਕਿ ਵੀ ਮੈਂ ਇਤਰਾਜ਼ ਕਰੂੰਗਾ ਧੰਨਵਾਦ ਇੱਕ ਤਾੜੀ ਮਾਰਦਾ ਕਰੋ ਬਾਈ ਵੜ ਕੇ ਰਾਜ ਕੁਮਾਰ ਕਹਿੰਦੇ ਬੜ ਰੁੱਖਾਂ ਵਾਸਤੇ ਇੱਕ ਤਾੜੀ ਮਾਰ ਦਿਓ ਜਿਨ੍ਹਾਂ ਵੱਲੋਂ ਕਹਿੰਦੇ ਹਾਂ ਮੈਂ ਤੇਰੇ ਚੈਟ ਹੋਈ ਮੈਂ ਤੈਨੂੰ ਕਹਿ ਗਿਆ ਜੀ ਮੈਂ ਦੰਗੇ ਹੋਣੀ ਮੇਰੇ ਆ ਰੱਖੇ ਵਰਦੇ ਬਾਅਦ ਦੰਗੇ ਹੋਣੀ ਕੰਮ ਖਰਾਬ ਕਰ ਦਿੱਤੇ ਜਾਣੇ ਆ ਧੰਨਵਾਦ ਜੀ ਜੀ ਆਇਆਂ ਨੂੰ ਮੋਟਰਸਾਈਕਲ ਗੇਂਦਬਾਜ਼ੀ ਕਹਿੰਦੇ ਸੰਭਾਲੀ ਹੈ ਕਹਿੰਦੇ ਇਹ ਹੈ ਕਹਿੰਦੇ ਧੂਲੀ ਵਾਲਾ ਕਹਿੰਦੇ ਬਰਨਾਲੇ ਨੂੰ ਛੱਡਿਆ ਸੀ ਤੀਰ ਵੀ ਜੋ ਤੀਰ ਨਿਸ਼ਾਨੋ ਸੋਝੇ ਉਹ ਕਾਲਾ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾਂ ਪਹਿਲਾਂ ਦਰਜੇ ਵਾਰ ਜਿਹੜਾ ਪਹਿਲਾਂ ਦਰਜੇ ਵਾਰ ਕਹਿੰਦੇ ਆ ਧੂਲੀ ਵਾਲਾ ਮੁੰਡਾ ਕਹਿੰਦੇ ਦੂਨੇ ਕਿੰਨਾ ਕਹਿੰਦੇ ਦੌੜ ਲਾਉਣੀਆਂ ਅਗਲੀ ਬਾਲ ਕਹਿੰਦੇ ਬਰਨਾਲੇ ਵਾਲਾ ਬਰਨਾਲੇ ਵਾਲਾ ਬਰਨਾਲੇ ਵਾਲਾ ਕਹਿੰਦੇ ਆ ਸ਼ੇਰ ਜੇ ਖੇਡ ਪਸੰਦ ਆਈ ਤਾਂ ਤਾੜੀ ਮਾਰ ਦੋ ਮੁੰਡੀ ਲੱਗੀ ਨੀ ਕਹਿੰਦੇ ਸਵੇਰ ਦੀ ਬੜੀ ਕਰ ਰਿਹਾ ਮੁੰਡਾ ਛੱਕੇ ਕਹਿੰਦੇ ਦੋ ਲਾਗੇ ਅਜੇ ਗੇਂਦ ਬਾਕੀ ਹੈ ਚੈੱਕ ਕਰ ਲਾ ਬਈ
ਗੇਂਦ ਕਹਿੰਦੇ ਚੈੱਕ ਕਰ ਲਾ ਬਰਨਾਲੇ ਦੀ ਟੀਮ ਅੱਗੇ ਹੋ ਇੱਕ ਵਾਰੀ ਗੇਂਦ ਲੈਣ ਵਾਲੀ ਉਹ ਕਹਿੰਦੇ ਗੇਂਦ ਬਾਉਂਡਰੀ ਨੂੰ ਬਾਹਰ ਵਗੀ ਬਲੰਟੀ ਰਨ ਪੇਟੇ ਫਿਰ ਗੇਂਦ ਲੈ ਧੰਨਵਾਦ ਫਿਰ ਜਾਬਾ ਜਾਬਾ ਤਕੜਾ ਤੂੰ ਤਕੜਾ ਬਹੁਤ ਬਹੁਤ ਧੰਨਵਾਦ ਸਵਾਲ ਬੱਲੇ 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 ਵੀ ਆ ਹੈ ਜੇ ਕੀ ਕੋਣ ਸੁਰੀ ਕਿਤਾ ਕੱਤੀ ਕੋਣੀ ਪੈਂਦੀ ਹੈ ਜੇ ਕੋਈ ਖੰਗ ਬਣਾਉਂਦੀ ਖੰਗੇ ਦਾ ਖੰਗ ਹਟਾਉਣੀ ਪੈਂਦੀ ਹੈ ਖੰਗ ਹਟਾਉਣੀ ਪੈਂਦੀ ਹੈ ਗੱਲ ਇਹ ਹੈ ਜੀ ਕੁੜੀ ਵਾਲਾ ਵੀ ਸਦਾ ਨਹੀਂ ਚੜਾਈਆਂ ਸਦਾ ਨਹੀਂ ਰਿਹਾ ਕਰਦੀਆਂ ਦੋ ਓਵਰ ਦੀ ਸਮਾਪਤੀ ਤੇ ਸ਼ਾਇਦ 18 ਨਾਲ ਹੋ ਚੁੱਕੇ ਨੇ ਜੀ ਬੜਾ ਸੋਹਣਾ ਮੈਚ ਜਿਹੜਾ ਬਰਨਾਲਾ ਬੀ ਦੀ ਬੈਟਿੰਗ ਰਹੀ ਹੈ ਇਸ ਵੇਲੇ ਟੌਪ ਦੇ ਖਿਡਾਰੀ ਹੈ ਖੇਡ ਰਹੇ ਨੇ ਔਰ ਵਿਸ਼ੇਸ਼ ਤੌਰ ਤੇ ਮੇਰੇ ਸਤਿਕਾਰਯੋਗ ਵੀਰ ਔਰ ਉੱਘੇ ਸਮਾਜ ਸੇਵੀ ਜਿਨ੍ਹਾਂ ਨੇ ਇਸ ਪੰਜਾਬ ਨੂੰ ਇੱਕ ਅੱਛੀ ਸੇਧ ਦਿੱਤੀ ਹੈ ਨੌਜਵਾਨਾਂ ਨੂੰ ਪ੍ਰਫੁੱਲਿਤ ਕਰਨ ਵਾਸਤੇ ਕਿਤੇ ਫੁੱਟਬਾਲ ਦੀਆਂ ਕਿੱਟਾਂ ਵੰਡੀਆਂ ਨੇ ਕਿਤੇ ਬਾਸਕਟਬਾਲ ਦੀਆਂ ਕਿਤੇ ਕਬੱਡੀ ਦੀਆਂ ਜਿੱਥੇ ਜਿੱਥੇ ਵੀ ਮੇਲੇ ਹੋਏ ਨੇ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਰਾਜਕੁਮਾਰ ਜੀ ਮਸਤੋਣਾ ਸਾਹਿਬ ਨੂੰ ਯਾਦ ਕੀਤਾ ਗਿਆ ਉਹਨਾਂ ਨੇ ਵੱਡਾ ਯੋਗਦਾਨ ਦਿੱਤਾ ਹੈ ਔਰ ਸਾਡਾ ਜੋ ਇਹ ਕਲੱਬ ਹੈ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਉਹਦੇ ਵਾਸਤੇ ਇਹਨਾਂ ਦਾ ਇੱਕ ਯੋਗ ਉਪਰਾਲਾ ਹੈ ਸਾਡੇ ਸਾਰੇ ਕਲੱਬ ਵਾਸਤੇ ਉਹਨਾਂ ਨੇ ਟਰੈਕ ਸੂਟ ਜਿਹੜੇ ਆ ਸਾਨੂੰ ਦਿੱਤੇ ਨੇ ਅਸੀਂ ਉਹਨਾਂ ਦਾ ਇਸ ਤਾੜੀ ਮਾਰੋ ਵੀ ਜ਼ੋਰਦਾਰ ਇੱਕ ਵਾਰ ਕਿਉਂਕਿ ਵੀਰ ਜੀ ਦਾ ਇੱਕ ਵੱਡਾ ਯੋਗ ਉਪਰਾਲਾ ਵੀ ਪੰਜਾਬ ਨੂੰ ਕਿਸੇ ਵੀ ਤਰੀਕੇ ਨਾਲ ਜਿਹੜੇ ਵੀ ਤਰੀਕੇ ਨਾਲ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਿਆ ਜਾਵੇ ਉਹ ਤਰੀਕਾ ਇਹਨਾਂ ਨੇ ਅਪਣਾਇਆ ਅੱਜ ਤੱਕ ਇਸ ਕਲੱਬ ਵਾਸਤੇ ਵੀ ਉਹਨਾਂ ਨੇ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਜੋ ਟਰੈਕ ਸੂਟ ਸਾਡੇ ਲਈ ਉਹਨਾਂ ਨੇ ਦਿੱਤੇ ਨੇ ਅਸੀਂ ਇਹਦੇ ਬਦਲੇ ਉਹਨਾਂ ਦਾ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਵੱਲੋਂ ਸਮੁੱਚੇ ਨਗਰ ਵਾਸੀਆਂ ਵੱਲੋਂ ਔਰ ਸਮੁੱਚੇ ਪੰਜਾਬ ਵੱਲੋਂ ਇਸ ਮਹਾਨ ਹਸਤੀ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਾਂ ਔਰ ਅੱਜ ਉਹਨਾਂ ਨੇ ਇੱਥੇ ਤਸ਼ਰੀਫ ਲਿਆ ਕੇ ਸਾਡੇ ਮਾਣ ਨੂੰ ਉੱਚਾ ਕੀਤਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਮੁਬਾਰਕਬਾਦ ਹਾਂਜੀ ਕੋਲ ਸਾਹਿਬ ਚਲਾ ਦਿਓ ਉਧਰਲੇ ਸਾਈਡ ਕਹਿੰਦੇ ਸਾਡੇ ਮੁੱਖ ਮਹਿਮਾਨ ਵੱਲੋਂ ਰਾਮ ਕਹਿੰਦੇ ਜਿਹਨਾਂ ਬੜ ਰੁੱਖਾਂ ਵਾਲਿਆਂ ਵੱਲੋਂ ਵੱਡਾ ਮਾਣ ਸਨਮਾਨ ਕੀਤਾ ਗਿਆ ਉਹਨਾਂ ਦੇ ਲਈ ਇੱਕ ਤਾੜੀ ਮਾਰ ਦਿਓ ਕਲੱਬ ਵਾਲਿਓ ਬਹੁਤ ਵਧੀਆ ਕਹਿੰਦੇ ਉਪਰਾਲਾ ਕੀਤਾ ਜਿਹੜਾ ਲਓ ਉਧਰਲੀ ਸਾਈਡ ਕਹਿੰਦੇ ਬਰਨਾਲੇ ਵਾਲਾ ਕਪੜੂ ਕਹਿੰਦੇ ਬੈਟਿੰਗ ਕਰ ਰਿਹਾ ਡੈਡ ਗੇਂਦ ਹੈ ਜੀ ਜੇ ਕਹਿੰਦੇ ਗੇਂਦ ਲੱਗ ਜੇ ਤਾਂ ਤੁਹਾਨੂੰ ਪਤਾ ਹੀ ਹੈ ਗੇਂਦ ਡੈਡ ਹੋ ਜਾਂਦੀ ਹੈ ਰਨਆਊਟ ਵੀ ਹਾਰ ਹੁੰਦੇ ਕਦੇ ਮਰਦੇ ਤੁਸੀਂ ਹੌਸਲਾ ਬਣਾ ਕੇ ਪੂਰਾ ਮੰਬ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਖਿਡਾਰੀ ਤਾੜੀਆਂ ਮਾਰ ਦੋਗੇ ਵੀਰੋ ਫ੍ਰੈਂਚਰ ਹੈ ਕਹਿੰਦੇ ਖਿਡਾਰੀ ਦੇ ਫਿਰ ਵੀ ਮੈਦਾਨ ਦੇ ਵਿੱਚ ਖੜਦਾ ਅੰਬੈਰ ਜੀ ਕਿੰਨੇ ਰਨ ਆਊਟ ਆਊਟ ਰਿਹਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਰਜਿਸਟਰ ਧਨੌਲਾ ਵੱਲੋਂ ਸਾਡੇ ਅੱਜ ਦੇ ਇਸ ਖੇਡ ਮੇਲੇ ਦੇ ਯੋਗ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਰਦਾਰ ਸੁਖਦੇਵ ਸਿੰਘ ਜੀ ASI ਸਾਹਿਬ ਟ੍ਰੈਫਿਕ ਇੰਚਾਰਜ ਐਜੂਕੇਸ਼ਨ ਸੈੱਲ ਬਰਨਾਲਾ ਉਹਨਾਂ ਦਾ ਬਹੁਤ ਯੋਗਦਾਨ ਹੈ ਸਾਡੇ ਇਸ ਪੰਜਾਬ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਸੇਵਾ ਵੀ ਉਹਨਾਂ ਨੇ ਬੜੇ ਨਵੇਕਲੇ ਢੰਗ ਦੇ ਨਾਲ ਕੀਤੀ ਹੈ ਮੈਂ ਬੇਨਤੀ ਕਰੂੰਗਾ ਸਾਡੇ ਸਮੁੱਚੇ ਕਲੱਬ ਦੀ ਮੈਨੇਜਮੈਂਟ ਨੂੰ ਪ੍ਰਧਾਨ ਸਾਹਿਬ ਸਰਜੀਤ ਪੁਰੀ ਜੀ ਪ੍ਰਬੰਧਕਾਂ ਨੂੰ ਕਿ ਉਹਨਾਂ ਨੂੰ ਆਪਣੇ ਵੱਲੋਂ ਇੱਕ ਪਿਆਰ ਨਿਸ਼ਾਨੀ ਕਿਉਂਕਿ ਆਪਣੇ ਕੋਲ ਤੇ ਇੰਨੇ ਸ਼ਬਦ ਵੀ ਨਹੀਂ ਏਡੀ ਯੋਗ ਨਿਸ਼ਾਨੀਆਂ ਨੀ ਜੋ ਆਪਾਂ ਇਹਨਾਂ ਨੂੰ ਦੇ ਸਕੀਏ ਜਿੱਦਾਂ ਯੋਗਦਾਨ ਸਾਡੇ ਲਈ ਇਹਨਾਂ ਨੇ ਕੀਤਾ ਫਿਰ ਵੀ ਜੋ ਹੋ ਸਕਿਆ ਕਲੱਬ ਦੇ ਪ੍ਰਧਾਨ ਜੀ ਕਿ ਉਹਨਾਂ ਨੂੰ ਇੱਕ ਪਿਆਰ ਨਿਸ਼ਾਨੀ ਦੇ ਕੇ ਸਨਮਾਨਿਤ ਕਰਨਗੇ ਮਾਨ ਯੋਗ ਸਰਦਾਰ ਸੁਖਦੇਵ ਸਿੰਘ ਜੀ ASI ਸਾਹਿਬ ਟ੍ਰੈਫਿਕ ਇੰਚਾਰਜ ਐਜੂਕੇਸ਼ਨ ਸੈੱਲ ਬਰਨਾਲਾ ਜੀ
ਉਹਨਾਂ ਨੂੰ ਸਨਮਾਨ ਚਿੰਨ ਦੇਣਗੇ ਸਾਡੇ ਕਲੱਬ ਦੇ ਅਹੁਦੇਦਾਰ ਉਹਨਾਂ ਦਾ ਸਾਥ ਦੇਣਗੇ ਮਾਣਯੋਗ ਉੱਘੇ ਸਮਾਜ ਸੇਵੀ ਰਾਜ ਕੁਮਾਰ ਜੀ ਬਟਰੁੱਖਾ ਕਿਹਦਾ ਕਿਹਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹੋ ਜਿਹੀਆਂ ਹਸਤੀਆਂ ਨੇ ਪੰਜਾਬ ਬੋਲੀ ਨੂੰ ਬਚਾ ਕੇ ਰੱਖਿਆ ਹੋਇਆ ਬਹੁਤ ਬਹੁਤ ਧੰਨਵਾਦ ਜੀ ਨਿਸ਼ਾਨੀ ਦੇ ਰਹੇ ਨੇ ਕਲੱਬ ਦੇ ਸਮੂਹ ਅਹੁਦੇਦਾਰ ਸਾਹਿਬਾਨ ਪ੍ਰਧਾਨ ਜੀ ਦੱਲੂ ਜੀ ਸੇਵਾਪੁਰੀ ਜੀ ਖਜਾਨਪੁਰੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਉਣ ਤੇ ਜੀ ਆਇਆਂ ਨੂੰ ਮੁਬਾਰਕਬਾਦ ਹੋਵੇ ਇਸੇ ਤਰ੍ਹਾਂ ਸੇਵਾ ਕਰਨੀ ਹੈ ਮਾਂ ਬੋਲੀ ਦੀ ਇਸੇ ਤਰ੍ਹਾਂ ਸਹਿਯੋਗ ਦੇਣਾ ਸਾਡੇ ਇਸ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਧਨੌਲਾ ਨੂੰ ਹੈਲੋ ਜਸ਼ਨ ਤੈਨੂੰ ਗੌਰਵ ਨੇ ਫੋਨ ਲਾਇਆ ਸੀ ਹਾਂ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਹਨਾਂ ਸਾਰੇ ਕਲੱਬ ਨਾਲ ਔਰ ਸਾਰੇ ਨਗਰ ਵਾਸੀਆਂ ਨਾਲ ਚੰਨ ਸ਼ਬਦ ਸਾਂਝੇ ਕਰਨਗੇ ਉੱਘੇ ਡਾਇਰੈਕਟਰ ਹਾਂ ਤਿੰਨ ਓਵਰ ਦੇ ਜੀ ਉੱਨੀ ਰਨ ਹੋ ਗਏ ਜੀ ਤਿੰਨ ਓਵਰ ਬਹੁਤ ਬਹੁਤ ਧੰਨਵਾਦ ਬੇਨਤੀ ਕਰੂੰਗਾ ਸਰਦਾਰ ਸੁਖਦੇਵ ਸਿੰਘ ਜੀ ਐਸ ਆਈ ਸਾਹਿਬ ਨੂੰ ਆਪਣੇ ਵੱਖਰੇ ਅੰਦਾਜ਼ ਨੂੰ ਸਾਡੇ ਨਾਲ ਸਾਂਝਾ ਕਰਕੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਾਲੇ ਪਾਸੇ ਮੋੜਨ ਦਾ ਇੱਕ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਇਹ ਮੇਰੇ ਵੀਰ ਰਾਜਕੁਮਾਰ ਜੀ ਮਸਤੂਆਣਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਇੱਥੇ ਬੁਲਾਵਾ ਭੇਜਿਆ ਔਰ ਖੁਦ ਮੈਨੂੰ ਮਿਲ ਕੇ ਇੱਥੇ ਆਉਣ ਵਾਸਤੇ ਅੱਜ ਵਾਸਤੇ ਇਨਵਾਈਟ ਕੀਤਾ ਸੋ ਮੈਂ ਆਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਦਰਸ਼ਕ ਦੇ ਤੌਰ ਤੇ ਜਾਵਾਂ ਪਰ ਇਸ ਤਰ੍ਹਾਂ ਦੇ ਫੰਕਸ਼ਨਾਂ ਤੇ ਜਾ ਕੇ ਮਨ ਨੂੰ ਬੜੀ ਖੁਸ਼ੀ ਮਿਲਦੀ ਹੈ ਸ਼ਾਂਤੀ ਮਿਲਦੀ ਹੈ ਸੋ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਨੇ ਖੇਡਾਂ ਹੁੰਦੀਆਂ ਨੇ ਖੇਡਾਂ ਆਲੇ ਪਾਸੇ ਨੂੰ ਤੁਰਨ ਵਾਸਤੇ ਮਨ ਨੂੰ ਬਹੁਤ ਕਲਡਾ ਕਰਨਾ ਪੈਂਦਾ ਨਹੀਂ ਮਾੜੇ ਪਾਸੇ ਤਾਂ ਸਾਰੀ ਦੁਨੀਆਂ ਤੁਰੀ ਫਿਰਦੀ ਹੈ ਸਾਧ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੇਮਾਂ ਆਲੇ ਪਾਸੇ ਤੁਰਦੇ ਆ ਔਰ ਲੋਕਾਂ ਨੂੰ ਤੋਰਨ ਵਾਸਤੇ ਉਤਸ਼ਾਹਿਤ ਕਰਦੇ ਆ ਖੇਡਾਂ ਆਲੇ ਪਾਸੇ ਨੂੰ ਮੁੜ ਕੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਹੀ ਮਾੜੇ ਕੰਮਾਂ ਤੋਂ ਵੱਡੀਆਂ ਗੱਲਾਂ ਜਿਹੜੀਆਂ ਨਸ਼ਿਆਂ ਤੋਂ ਦੂਰ ਹੋ ਜਾਂਦੀ ਹੈ ਔਰ ਆਪਣੀ ਆਪਣੇ ਸਰੀਰ ਨੂੰ ਸੰਭਾਲਣ ਵਾਸਤੇ ਉਪਰਾਲੇ ਕਰਨ ਲੱਗ ਜਾਂਦੀ ਹੈ ਸੋ ਤੰਦਰੁਸਤ ਸਰੀਰ ਹੀ ਸਾਡੇ ਸਮਾਜ ਦੇ ਵਿੱਚ ਜਿਹੜਾ ਸਾਡੇ ਸਮਾਜ ਨੂੰ ਵਧੀਆ ਸੇਧ ਦੇ ਸਕਦਾ ਵਧੀਆ ਸਾਡਾ ਸਮਾਜ ਛਿੜ ਸਕਦਾ ਸੋ ਨੌਜਵਾਨ ਪੀੜ੍ਹੀ ਦੀ ਤੰਦਰੁਸਤੀ ਲਈ ਦੁਆਵਾਂ ਕਰਦੇ ਹਾਂ ਸਾਰੇ ਨੌਜਵਾਨ ਖੇਡਾਂ ਵਾਲੇ ਪਾਸੇ ਨੂੰ ਮੁੜਨ ਤੇ ਬਾਈ ਰਾਜਕੁਮਾਰ ਜੀ ਕਹਿੰਦੇ ਟੀਮ ਨੂੰ ਟਰੈਕ ਸੂਟ ਦਿੱਤੇ ਜਾਣਗੇ ਔਰ 2100 ਰੁਪਇਆ ਫੰਡ ਦਿੱਤਾ ਜਾ ਰਿਹਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਇਹ ਉਪਰਾਲੇ ਨੇ ਮੈਂ ਦੁਬਾਰਾ ਫਿਰ ਇਹੀ ਬੇਨਤੀ ਕਰੂੰਗਾ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਵਾਲੇ ਪਾਸੇ ਨੂੰ ਮੁੜਨਾ ਚਾਹੀਦਾ ਸਾਡੇ ਤੰਦਰੁਸਤ ਸਰੀਰ ਤੰਦਰੁਸਤ ਮਨ ਹੀ ਸਾਡੇ ਸਮਾਜ ਨੂੰ ਤੰਦਰੁਸਤ ਤੇ ਨਰੋਆ ਬਣਾ ਸਕਦੇ ਆ ਸੋ ਸਮਾਜ ਦੀਆਂ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਵੀ ਸਾਡੇ ਨੌਜਵਾਨ ਹੀ ਬਹੁਤ ਵੱਡਾ ਉਪਰਾਲਾ ਕਰ ਸਕਦੇ ਆ ਸੋ ਮੈਂ ਪੁਲਿਸ ਮਹਿਕਮੇ ਦੇ ਵਿੱਚ ਵੀ ਹਾਂ ਸੋ ਮੈਂ ਆਪਣੇ ਬਾਰੇ ਦੱਸਦਿਆਂ ਫਿਲਮ ਬਾਰੇ ਨਿੱਕਾ ਜੈਲਦਾਰ ਬਾਰੇ ਵੀ ਸਾਈ ਜੀ ਹੋਰਾਂ ਨੇ ਦੱਸਿਆ ਨਿੱਕਾ ਜੈਲਦਾਰ 2 ਬਰਨਾਲੇ ਲੱਗੀ ਹੋਈ ਹੈ ਜਾਂ ਸਾਰੇ ਸਿਨੇਮਿਆਂ ਦੇ ਆਲ ਵਰਲਡ ਤੇ ਲੱਗੀ ਹੈ ਉਹਦੇ 'ਚ ਮੇਰਾ ਹੀਰੋਇਨ ਦੇ ਫਾਦਰ ਦਾ ਕਰੈਕਟਰ ਆ ਤੇ ਇਸ ਤੋਂ ਇਲਾਵਾ ਤੁਸੀਂ ਮੈਨੂੰ ਟੀਵੀ 'ਚ ਗਾਣਿਆਂ 'ਚ ਵਧੀਆ ਵਧੀਆ ਸਿੰਗਰਾਂ ਨਾਲ ਵੀਡੀਓ ਦੇ ਵਿੱਚ ਮੈਨੂੰ ਦੇਖਦੇ ਰਹਿੰਦੇ ਹੋ ਐਂ ਦੇਖ ਕੇ ਨਹੀਂ ਕਈ ਵਾਰੀ ਪਤਾ ਲੱਗਦਾ ਹੈਗਾ ਸੋ ਹੁਣ ਜਦੋਂ ਮੇਰਾ ਚਿਹਰਾ ਤੁਸੀਂ ਟੀਵੀ 'ਚ ਦੇਖੋਗੇ ਤੁਹਾਡੇ ਯਾਦ ਆਜੂਗਾ ਵੀ ਸੁਖਦੇਵ ਬਰਨਾਲਾ ਦੇ ਨਾਂ ਨਾਲ ਮੇਰਾ ਨਾਂ ਚੱਲਦਾ ਫਿਲਮੀ ਲਾਈਨ ਦੇ ਵਿੱਚ ਇਸ ਤੋਂ ਇਲਾਵਾ ਜਿਵੇਂ ਕਹਿੰਦੇ ਹੁੰਦੇ ਵੀ ਹਰੇਕ ਬੰਦੇ ਦੇ ਮਨ 'ਚ ਕੋਈ ਨਾ ਕੋਈ ਕੀੜਾ ਹੁੰਦਾ ਗਾ ਉਹ ਚਾਹੇ ਮਾੜੇ ਪਾਸੇ ਨੂੰ ਤੁਰਨ ਦਾ ਹੋਵੇ ਚਾਹੇ ਚੰਗੇ ਪਾਸੇ ਨੂੰ ਦੋ ਹੀ ਰਸਤੇ ਹੁੰਦੇ ਨੇ ਇੱਕ ਚੰਗਾ ਤੇ ਇੱਕ ਮਾੜਾ ਸੋ ਜਿਹੜੇ ਚੰਗੇ ਪਾਸੇ ਨੂੰ ਤੁਰਨ ਦਾ ਕੀੜਾ ਜਿਹਨਾਂ ਦੇ ਹੈ ਤਾਂ ਉਹ ਸਮਾਜ ਦੇ ਵਾਸਤੇ ਵਧੀਆ ਉਪਰਾਲੇ ਕਰਦੇ ਰਹਿੰਦੇ ਆ ਸਮਾਜ ਨੂੰ ਸੋਹਣਾ ਬਣਾਉਣ ਵਾਸਤੇ ਉਪਰਾਲੇ ਕਰਦੇ ਰਹਿੰਦੇ ਆ ਤੇ ਜਿਹਦੇ ਮਾੜਾ ਕੀੜਾ ਹੋਵੇ ਉਹ ਮਾੜੇ ਬੰਦਿਆਂ ਦਾ ਸਾਥ ਕਰਕੇ ਆਪਣੇ ਆਪ ਨੂੰ ਮਾੜਾ ਬਣਾ ਲੈਂਦੇ ਨੇ ਆਪਣੇ ਜਿਹੜੇ ਪਰਿਵਾਰ ਨੂੰ ਵੀ ਉਹ ਖਤਰਿਆਂ ਚ ਪਾ ਦਿੰਦੇ ਆ ਪਰਿਵਾਰ ਤੇ ਵਿਪਤਾ ਖੜੀ ਕਰ ਦਿੰਦੇ ਆ ਸਮਾਜ ਵਾਸਤੇ ਵਿਪਤਾ ਖੜੀ ਕਰਦੇ ਆ ਸੋ ਚੰਗਾ ਕੀੜਾ ਸਾਨੂੰ
ਵਧੀਆ ਢੰਗ ਨਾਲ ਪਾਲਣਾ ਚਾਹੀਦਾ, ਸਾਡੇ ਮਨ ਚ ਕੋਈ ਇਸ ਤਰ੍ਹਾਂ ਦੇ ਚੰਗੇ ਕੀੜੇ ਹੋਣੇ ਚਾਹੀਦੇ ਆ। ਸੋ ਮੈਂ ਇਸ ਤੋਂ ਇਲਾਵਾ ਫਿਲਮਾਂ ਤੋਂ ਇਲਾਵਾ ਪੁਲਿਸ ਮਹਿਕਮੇ ਦੀ ਡਿਊਟੀ ਦੇ ਨਾਲ ਨਾਲ ਮੈਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਸੈਮੀਨਾਰ ਕਰਦਾ ਟ੍ਰੈਫਿਕ ਨਿਯਮਾਂ ਬਾਰੇ। ਸਾਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਬਹੁਤ ਸਾਵਧਾਨੀ ਨਾਲ ਸੜਕਾਂ 'ਤੇ ਚੱਲਣ ਦੀ ਲੋੜ ਹੈ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ, ਕਿਉਂਕਿ ਬਹੁਤ ਜ਼ਿਆਦਾ ਸੜਕ ਦੁਰਘਟਨਾਵਾਂ ਦੇ ਵਿੱਚ ਸਾਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ। ਸੋ ਸਾਵਧਾਨੀ ਨਾਲ ਸੜਕ 'ਤੇ ਚੱਲਣ ਦੀ ਲੋੜ ਹੈ। ਸੋ ਉਸ ਤੋਂ ਇਲਾਵਾ ਮੈਂ ਨਸ਼ਿਆਂ ਬਾਰੇ ਵੀ ਗੱਲਬਾਤ ਕਰਦਾ ਹੁੰਦਾ ਗਾ, ਸਕੂਲਾਂ ਕਾਲਜਾਂ 'ਚ ਟਰੱਕ ਯੂਨੀਅਨ ਟੈਕਸੀ ਸਟੈਂਡ ਜਿੱਥੇ ਵੀ ਕੋਈ ਜਨਤਕ ਜਗ੍ਹਾ ਹੁੰਦੀ ਹੈ, ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ ਜਾਂ ਇਸ ਤਰ੍ਹਾਂ ਦੇ ਮੇਲਿਆਂ 'ਚ ਜਾ ਕੇ ਵੀ ਮੈਂ ਕੋਈ ਦੋ ਸ਼ਬਦ ਬੋਲਦਾ ਹੁੰਦਾ। ਸੋ ਅੱਜ ਮੈਨੂੰ ਇੱਥੇ ਬੁਲਾਇਆ ਗਿਆ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕ੍ਰਿਕਟ ਕਲੱਬ ਧਨੌਲਾ ਦਾ, ਸਾਡੇ ਵੀਰ ਰਾਜਕੁਮਾਰ ਜੀ ਮਸਤੂਆਣਾ ਜਿਹੜੇ ਵਧੀਆ ਸਮਾਜ ਸੇਵੀ ਨੇ, ਵਧੀਆ ਪਾਸੇ ਜਾਣ ਦੇ ਉਪਰਾਲੇ ਕਰ ਰਹੇ ਨੇ। ਸੋ ਮੈਂ ਹੁਣੇ ਗੱਲਾਂ ਕਰਦਾ ਸੀਗਾ ਰਾਜਕੁਮਾਰ, ਸਾਡੀ ਗੱਲ ਬਿਲਕੁਲ ਚੱਲਦੀ ਸੀ। ਜਦੋਂ ਤੁਸੀਂ ਕਿਸੇ ਚੰਗੇ ਪਾਸੇ ਨੂੰ ਤੁਰਨਾ, ਭਾਵੇਂ ਤੁਸੀਂ ਇਕੱਲਾ ਸਮਝ ਲਓ ਵੀ ਮੈਂ ਇਕੱਲਾ ਤੁਰ ਰਿਹਾ, ਜਦੋਂ ਚੰਗੇ ਪਾਸੇ ਨੂੰ ਤੁਰੋਗੇ ਤੁਹਾਡੇ ਮਗਰ ਕਾਫਲੇ ਵੱਧ ਜਾਣਗੇ। ਆਹੀ ਤੁਸੀਂ ਗਰਾਊਂਡ ਦੇਖਦੇ ਹੋ ਅੱਜ ਜਿਹੜੀ ਦਰਸ਼ਕਾਂ ਦੀ, ਵੈਸੇ ਕਾਫੀ ਦਰਸ਼ਕ, ਅੱਜ ਦਰਸ਼ਕਾਂ ਦੀ ਜਿਹੜੀ ਹਾਜ਼ਰੀ ਘੱਟ ਲੱਗਦੀ ਹੈ, ਪਰ ਆਉਣ ਵਾਲੇ ਟਾਈਮ 'ਚ ਇੱਥੇ ਇਹ ਪੂਰਾ ਗਰਾਊਂਡ, ਮੈਂ ਆਸ ਕਰਦਾ ਪੂਰਾ ਗਰਾਊਂਡ ਭਰ ਜਾਇਆ ਕਰਨਾ ਸਾਡੇ ਇਹ ਟੂਰਨਾਮੈਂਟ ਦੇਖਣ ਵਾਸਤੇ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਸਰਦਾਰ ਸੁਖਦੇਵ ਸਿੰਘ ਜੀ। ਇਹ ਸਹੀ ਸਾਬਿਕ ਪੰਜਾਬੀ ਮਾਂ ਬੋਲੀ ਦਾ ਬੜਾ ਪਿਆਰਾ ਸ਼ਬਦ ਹੈ, ਮਾਨਯੋਗ ਸੁਖਦੇਵ ਸਿੰਘ ਜੀ। ਇਹ ਸਹੀ ਸਨ ਤਕੜੀਆਂ ਫਿਲਮਾਂ ਜਿਹੜੀਆਂ ਵੱਡੇ ਬੈਨਰ ਹੇਠ ਵੜਦੀਆਂ ਨੇ ਨਾ, ਉਹਦੇ ਵਿੱਚ ਰੋਲ ਅਦਾ ਕਰਦੇ ਆ। ਐਜੂਕੇਸ਼ਨ ਸੈਲ ਦੀ ਗੱਲ ਕੀਤੀ ਹੈ, ਬੱਚਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਲਓ ਇਸ ਤੋਂ ਨਾਲ ਹੀ ਰਾਜਕੁਮਾਰ ਜੀ ਉਹਨਾਂ ਨੂੰ ਮਾਨਯੋਗ ਰਾਜਕੁਮਾਰ ਜੀ ਉਹਦੇ ਸਮਾਜ ਸੇਵੀ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ ਹੈ, ਪਹਿਲਾਂ ਵੀ ਆਪਾਂ ਦੱਸਿਆ, ਔਰ ਮਾਨਯੋਗ ਸਹੀ ਸਾਹਿਬ ਨੇ ਵੀ ਉਹਨਾਂ ਬਾਰੇ ਜਾਣਨਾ ਪਾਇਆ ਵੀ ਆਪਣੇ ਲਈ ਆਪਣੇ ਪੰਜਾਬ ਦੇ ਨੌਜਵਾਨਾਂ ਤੇ ਆਪਾਂ ਨੂੰ ਮਾਣ ਹੈ। ਲੋਕ ਵਿਸ਼ੇਸ਼ ਤੌਰ ਤੇ ਪਿਆਰ ਨਿਸ਼ਾਨੀ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਧਨੌਲਾ ਵੱਲੋਂ ਵਿਸ਼ੇਸ਼ ਤੌਰ ਤੇ ਇਸ ਉੱਘੇ ਕਲਾਕਾਰ ਨੂੰ, ਪੰਜਾਬ ਦੇ ਉਭਰਦੇ ਹੋਏ ਕਲਾਕਾਰ ਵਾਸਤੇ ਸਾਡੇ ਲਈ ਬਹੁਤ ਬਹੁਤ ਧੰਨਵਾਦੀ ਸ਼ਬਦ ਨੇ ਜਿਹਨਾਂ ਨੇ ਸਹਿਯੋਗ ਦਿੱਤਾ, ਔਰ ਮਾਨਯੋਗ ਰਾਜਕੁਮਾਰ ਜੀ ਮਸਤੂਆਣਾ ਸਾਹਿਬ ਉਹਨਾਂ ਵੱਲੋਂ ਸਹਿਯੋਗ ਦਿੱਤਾ ਗਿਆ। ਹਾਂ, 2100 ਰੁਪਏ ਦਾ ਕਲੱਬ ਨੂੰ ਮਾਣ ਹੋ ਜੇ। ਸ਼ੁਕਰੀਆ ਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਹੈ ਮੇਰੇ ਭਰਾ ਦੀ। ਜ਼ੋਰਦਾਰ ਤਾਰੇ ਆ ਜੀ, ਮੇਰਾ ਖਿਆਲ ਹੈ ਤੁਹਾਡੇ ਵਰਗੇ ਦਰਸ਼ਕ ਹੋਣਗੇ ਨਾ, ਪੰਜਾਬ ਸੋਨੇ ਦੀ ਚਿੜੀ ਵੰਡ ਤੋਂ ਕਦੇ ਵੀ ਨਹੀਂ ਰੁਕਦਾ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ, ਮਾਨਯੋਗ ਸੁਖਦੇਵ ਸਿੰਘ ਜੀ ਦਾ, ਔਰ ਮੇਰੇ ਪਿਆਰੇ ਵੀਰ ਰਾਜਕੁਮਾਰ ਜੀ ਮਸਤੂਆਣਾ ਸਾਹਿਬ, ਥੈਂਕ ਯੂ ਵੈਰੀ ਮੱਚ। ਹਾਂ, ਬਹੁਤ ਬਹੁਤ ਧੰਨਵਾਦ। ਏਦਾਂ ਹੀ ਆਉਂਦੇ ਰਹੋ, ਪੰਜਾਬ ਦੇ ਮੇਲੇ ਚਮਕਦੇ ਰਹਿਣੇ ਆ। ਇਹ ਸਹੀ ਸਾਹਿਬ ਨੂੰ ਵੀ ਬੇਨਤੀ ਹੈ ਵੀ ਨਵੀਆਂ ਜਿਹੜੀਆਂ ਲਿਖਤੀ ਚੀਜ਼ਾਂ ਨੇ ਮੇਰੇ ਪੰਜਾਬ ਨੂੰ ਦਿੱਤੀਆਂ ਜਾਣ, ਫਿਲਮਾਂ ਰਾਹੀਂ ਸੰਦੇਸ਼ ਦਿੰਦੇ ਰਹੋ ਇਸੇ ਤਰ੍ਹਾਂ। ਕੋਟਨਕੋਟ ਧੰਨਵਾਦ, ਕੋਟਨਕੋਟ ਜੀ ਆਇਆ, ਮਿਹਰਬਾਨੀ, ਸ਼ੁਕਰੀਆ ਸਾਰੇ। ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਰਜਿਸਟਰ ਧਨੌਲਾ ਵੱਲੋਂ, ਸਮੁੱਚੇ ਨਗਰ ਨਿਵਾਸੀਆਂ ਵੱਲੋਂ, ਸਮੁੱਚੇ ਖਿਡਾਰੀ ਜਗਤ ਵੱਲੋਂ, ਇਹਨਾਂ ਦੋਨੇ ਹੀ ਸਨਮਾਨਯੋਗ ਸ਼ਖਸੀਅਤਾਂ ਮਾਨਯੋਗ ਸੁਖਦੇਵ ਸਿੰਘ ਜੀ ASI ਸਾਹਿਬ ਔਰ ਰਾਜਕੁਮਾਰ ਜੀ ਮਸਤੂਆਣਾ ਸਾਹਿਬ, ਬਹੁਤ ਬਹੁਤ ਧੰਨਵਾਦ ਜਿਹਨਾਂ ਨੇ ਵੱਡਾ ਯੋਗਦਾਨ ਦੇ ਕੇ ਨਿਵਾਜਿਆ ਸਾਡੇ ਕਲੱਬ ਨੂੰ, ਨਹੀਂ ਬਲਕਿ ਸਾਡੇ ਇਲਾਕੇ ਨੂੰ ਨਿਵਾਜਿਆ ਇਹਨਾਂ ਨੇ ਇੱਥੇ ਆਉਣ ਦੇ। ਗੋਟਨਕੋਟ ਧੰਨਵਾਦ, ਜਿਹੜਾ ਪਹਿਲਾਂ ਮੁਕਾਬਲਾ ਹੋਇਆ ਸੀ ਕੌਣ ਜਿੱਤਿਆ ਇਹਦੇ ਚੋਂ, ਜਿਹੜਾ ਪਹਿਲਾਂ ਮੁਕਾਬਲਾ ਹੋਇਆ ਸੀ ਕੌਣ ਜਿੱਤੂ ਹੈ? ਅੱਛਾ, ਮੁਕਾਬਲਾ ਦਾ ਵੀ ਜਿਹੜਾ ਬੈਟਿੰਗ ਕਿਹਦੀ ਹੈ ਜੀ? ਹੁਣ ਧੂਰੀ ਦੀ ਹੈ, ਧੂਰੀ ਦੀ ਬੈਟਿੰਗ ਹੈ। ਤੇ ਬਰਨਾਲਾ ਜਿਹੜਾ ਬਰਨਾਲਾ ਬੀ ਨੇ ਕਿੰਨੇ ਰਨ ਬਣਾਏ ਸੀ? 23 ਦਾ ਟਾਰਗੇਟ ਦਿੱਤਾ ਵੀ ਬਰਨਾਲਾ ਬੀ ਨੇ ਧੂਰੀ ਨੂੰ ਜਿੱਤਣ ਵਾਸਤੇ, ਲਵੀ ਧੂਰੀ। ਹਾਂ, ਅੰਪਾਇਰ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਵੀ ਵਧੀਆ ਤਰੀਕੇ ਨਾਲ ਅੰਪਾਇਰਿੰਗ ਤੁਸੀਂ ਕਰ ਰਹੇ ਹੋ ਸਾਰੀਆਂ ਟੀਮਾਂ ਦਾ ਇੱਥੇ ਆਉਣ ਤੇ। ਸਾਡੇ ਅੱਜ ਦੇ ਇਹ ਸ੍ਰੀ ਗੁਰੂ ਪੂਰਨ ਬ੍ਰਹਮ ਲੋਕ ਭਲਾਈ ਕਲੱਬ ਰਜਿਸਟਰ ਧਨੌਲਾ ਦੇ ਦੂਸਰੇ ਦਿਨ ਦੇ ਮੁੱਖ ਮਹਿਮਾਨ ਸਾਡੇ ਸਤਿਕਾਰਯੋਗ ਰਾਜਕੁਮਾਰ ਜੀ ਬਡਰੁੱਖਾਂ ਔਰ ਸੁਖਦੇਵ ਸਿੰਘ ਜੀ ASI ਸਾਹਿਬ, ਉਹਨਾਂ ਦੇ ਉੱਥੇ ਆਉਣ ਤੇ ਕੋਟਨਕੋਟ ਧੰਨਵਾਦ, ਕੋਟਨਕੋਟ ਜੀ ਆਇਆਂ ਮੁਬਾਰਕਬਾਦ ਸਾਰੇ ਕਲੱਬ ਵੱਲੋਂ ਉਹਨਾਂ ਦਾ ਨਿੱਜੀ ਤੌਰ ਤੇ ਬਹੁਤ ਬਹੁਤ ਧੰਨਵਾਦ। ਹਾਂਜੀ,
हेलो बरनाला दी टीम ने 22 रन बनाए सन। हुण धूरी दी टीम नूं 23 रन दा टारगेट दित्ता गया है। साढ़े अंपायर साहब मनजीत पुरी जी बहुत सेवा करते हुए उन्हां नाल अमनदीप सिद्धू जी बहुत बहुत धन्यवाद अंपायर साहबाना का। नहीं जी नहीं देखो जो फैसला कमेटी ने एक बारी ले लिया ना जो समझ लै पर्ची कटती रसीद कटती उस बाद कोई गिनत उपरंत नहीं चलती। जो भी अंपायर का फैसला खिडारी जो अंत मनिया जाना है खिडारी का अंपायर का फैसला रब वर्गा रब का फैसला जरा अंपायर का फैसला जज वर्गा तो जज का फैसला रब वर्गा यह अटल मनिया जाना है। किसी ने भी अंपायर के फैसले से गिनत उपरंत नहीं करनी क्योंकि तेन पहला भी दसिया भी हक सच का एक क्लब है श्री गुरु पूर्ण ब्रह्म लोक भलाई क्लब जिन्हें भी आप इतने मैच करवाने हैं कोई भी प्रोग्राम करवाने आप हक सच को साक्षी बन के करवाने बहुत वड्डा हर साल तकड़ा सत्संग करवाया जाता है रब के नाम का इतने गुरुआ के नाम का सत्संग भी करवाया जाता है वह भी संबंध के भले लिए नगर के भले लिए करवाया जाता है। बहुत बहुत धन्यवाद है जिन्हें भी सज्जन इस खेल मेले के खेलने वास्ते खिडारी आए हैं मुख्य मेहमान साहब अंपायर साहब प्रबंधक साहबान साढ़े टेंट मास्टर साउंड वाले सारिया का फोटोग्राफर साहब का सारिया भी बहुत बहुत धन्यवाद है श्री गुरु पूर्ण ब्रह्म लोक भलाई क्लब धनौला वालों और साढ़े हाँ जी ओवर की समाप्ति को पंज रन ने जी अगला जरा मैच होना है एक रही है जी। हाँ ठीक है चलाओ अंपायर साहब चला दो साढ़े भाई फौजी जी सोटी साहब धनौला उन्होंने विक्की धनौला विक्की सरसा बहुत बहुत धन्यवाद जी ने श्री गुरु पूर्ण ब्रह्म लोक भलाई क्लब की स्टेज से विशेष तौर पर पहुंचे ने उन्होंने इतने आने से कोट कोट धनबाद कोट कोट जी आया बहुत बहुत धनबाद विश्वास हो गया जी पांच रन ने हाँ चार जी एक वायर सी जी पांच रन हो अंपायर साहब ठीक है साढ़े हरदीप सिंह जी फौजी सोडी साहब उन्होंने विक्की धनौला विक्की सरसा बहुत बहुत धन्यवाद जी आए उस मंच से उन्होंने हाँ जी संघेड़ा टीम के कैप्टन ड्रीम टीम के कैप्टन बेटे ही स्टेज से आ जाए जब दोस्त कराए जा सके संघेड़ा अते ढड्डरियां भाई बल्ले 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 बड़े जबरदस्त मुकाबला चल रहा है इस वे बरनाला भी लो बॉल है जी वाह जी गुड जजमेंट अंपायर साहब थोड़ी थैंक यू मेहरबानी थोड़ी बहुत बहुत धन्यवाद। देखो जज की मिनट के उत्ते खिलाड़ी गिनत परंतु ना करे बड़ा वधिया रोल अदा कर दिया आहा लो जी बड़ा वधिया सोहना साढ़े एक रन वास्ते खेडे नौजवान ने धूरी है इस वेले जी बैटिंग से है बरनाला बी ने जितण वास्ते ਤੇਈ ਦਾ ਟਾਰਗੇਟ ਦਿੱਤਾ ਸੀ ਧੂਰੀ ਦੀ ਟੀਮ ਨੂੰ ਜਿੱਤਣ ਵਾਸਤੇ ਚੌਕਾ ਹੋ ਗਿਆ ਵਾਹ ਅੰਪਾਇਰ ਸਾਹਿਬ ਮਿਹਰਬਾਨੀ ਆ ਤੁਹਾਡੀ ਲਵਾਈ ਚੱਲੋ ਕਦੇ ਛੱਕਾ ਕਦੇ ਚੌਕਾ ਹਾਂ ਲਓ ਜੀ ਇਸ ਨੌਜਵਾਨ ਨੇ ਚੌਕਾ ਮਾਰ ਕੇ ਟੀਮ ਦਾ ਹੌਸਲਾ ਵਧਾਇਆ ਬੜੀ ਵਧੀਆ ਧੂਰੀ ਦੀ ਜਿਹੜੀ ਟੀਮ ਹੈ ਜ਼ਿਲ੍ਹਾ ਸੰਗਰੂਰ ਦੀ ਟੌਪ ਟੀਮ ਹੈ ਧੂਰੀ ਦੀ ਉਦੋਂ ਜ਼ਿਲ੍ਹੇ ਬਰਨਾਲਾ ਕੱਟੜ ਬਰਨਾਲਾ लो जी हाँ एक रन वास्ते शाट खेडिया नौजवान ने एक रन प्राप्त होया इस क्योंकि बरनाला भी बड़ी जबरदस्त फील्डिंग बड़ी जबरदस्त है बरनाला भी बई कट्टर खिडारी ने सारे टॉप के खिडारी ने इस वेले खेड मैदान के विच मुकाबला जबरदस्त हो रहा है ते लो जी दे नाल ही हाँ हाँ एक बड़ी बेनती है खिडारियों भी स्टेज से रौला ना पाओ जे किसी ने गल करनी है सैर के मैदान जाके करो संघेड़ा जी
पास करना अगला मैच भाई सवेरे वाली टीम आ जाए यार आगे भाई बिलकुल हथा समाप्त हो गया जी एक ओवर की समाप्ति से किन्ने रन 13 रन हो चुके ने जी इन्हों ਤੇ 10 ਰਨਾਂ ਦੀ ਜਿਹੜੀ ਲੋੜ ਹੈ ਇਹਨਾਂ ਨੂੰ ਜਿੱਤਣ ਵਾਸਤੇ 12 ਬਾਲਾਂ ਬਾਕੀ ਪਈਆਂ ਨੇ ਤੇ 13 ਰਨ ਚਾਹੀਦੇ 10 ਰਨ ਚਾਹੀਦੇ ਦੇਖੋ ਬਰਨਾਲਾ ਰੋਕਣ ਦੀ ਕੋਸ਼ਿਸ਼ ਕਰੇਗਾ ਐਨ ਟੌਪ ਟੀਮ ਹੈ ਇਸ ਵੇਲੇ ਚੜ੍ਹਦੇ ਸੀਜ਼ਨ ਦੀ ਟੌਪ ਦੀ ਟੀਮ ਹੈ ਬਰਨਾਲੇ ਜੇ ਗੱਲ ਕਰੀਏ ਜ਼ਿਲ੍ਹਾ ਸੰਗਰੂਰ ਦੇ ਧੋਨੀ ਦੀ ਟੀਮ ਦੀ ਉਹ ਵੀ ਟੌਪ ਟੀਮ ਹੈ ਧੋਨੀ ਦੀ बेनती है जी कोच साहब को चाह पानी पिलाओ वधिया तरीके नाल बिठा दे साइड ते हीरो अपनी ढिडरियां बाकी बोल रहा दस देना देखो बड़ा शानदार मुकाबला है ये होर टीम आईया मित्रों आ जाओ देखो इतना स्वाद आ रहा है श्री गुरु पूर्ण ब्रह्म लोक भलाई क्लब के खेड मेले इतना सत्कार क्लब देता है हर एक खिलाड़ी हर एक सहयोगी सज्जन सारे ही नौजवान गुरु के वचना के उत्ते चलने वाला सारा डेरा पूरा है कट्टर जिहड़े हैगे आ आपां जिहनूं कट्टर धरमी कहिंदे आ कट्टर धरमी इह नौजवान ने जो काम करते ने रल मिल के सांझे तौर पर करते हैं एकजुट होके करते हैं एक क्लब का भी दरबार इन्होंने एकजुट होके किया सारे का सहयोग रहता है राज का बड़ा सोहना जिहड़ा चार रन वास्ते गया जी वाह चार रन फिर बई हाँ बड़ा सोहना बई इधरों धूरी वाले कट नहीं हैं बड़ा सोहना मुकाबला खेल रहे हैं अंपायरिंग का भी बड़ा वधिया सानू सहयोग दे रहे ने साडे अंपायर साहब मनजीत पुरी जी ने उधर सहायक जिहड़े अंपायर ने बैक अंपायर ते ने मनजीत पुरी जी बहुत बहुत धन्यवाद है इन्हां खिडारियों का दोनों टीमों का जिला संगरूर ते जिला बरनाला फिरदा है ते हावी जिहड़ा है फिलहाल ते जिला बरनाला ही हावी उतले आ रहे हैं बई हां जी दस्यो जी महा किन्ने रन हो गए किन्ने बाकी है ये है कि बरनाले वाला गभरू धूरी वाला सामना कर रहा है जिला संगरूर का ओवर की समाप्ति हो गई जी ओवर की समाप्ति से 20 रन 3 ओवर 20 रन एक ओवर विच तीन रन की जरूरत है धूरी की टीम जितने धूरी वाले छक्का मार के बिताओ मैच क्योंकि यंग स्टार है बरनाले की पूरी टीम जी खड़ी है एक रन वास्ते भी इन्होंने टीम को रोकया होया एक रन वास्ते भी पूरी टीम को वक्त पाता इन्होंने एक रन वास्ते एड्डी कट्ट टीम है अपनी आई पर आ गए तो इतों भी मैच का पासा पलट सकते हैं क्योंकि धूरी की जी टीम इस वे खेल रही है धूरी टॉप लेवल की टीम है जिले संगरूर की मनी हुई टीम है बड़े बढ़िया तरीके इन्होंने अगला मैच का टॉस कराता जी करवाता जी टॉस जी ਅਜੀ ਟੀਮਾਂ ਤਿਆਰ ਹੋ ਗਈ ਜਿਹੜਾ ਅਗਲਾ ਮੈਚ ਦੱਸੋ ਜੀ ਕਿਹਦਾ ਕਿਹਦਾ ਪੜੀ ਟੱਡਰੀਆਂ ਤੇ ਸੰਘੇੜੇ ਦਾ ਮੁਕਾਬਲਾ ਜੀ ਉਸ ਤੋਂ ਬਾਅਦ ਠੀਕ ਹੈ ਜੀ ਹਾਂ ਦੋਨੇ ਟੀਮਾਂ ਵਿੱਚ ਤਿਆਰ ਹੋ ਜਾਓ ਇੱਕ ਸਾਈਡ ਕਹੇ ਟੱਡਰੀਆਂ ਤੇ ਦੂਜੀ ਸਵੇੜ ਕਹੇ ਸੰਘੇੜਾ ਜਿੱਥੇ ਕਹਿੰਦੇ 6-7-8 ਦਾ ਕਹਿੰਦੇ ਕੱਪ ਦਾ ਖੁੱਲਾ ਬੰਦਾ ਖਿਡਾਰੀਆਂ ਨੂੰ ਸੰਘੇੜਾ ਦੀ ਧਰਤੀ ਤੇ ਕਹਿੰਦੇ ਖੁੱਲਾ ਸੱਤਾ रन कहते एक खेड मना रन कहते एक
ਮੇਰੀ ਟੀਮ ਵਧੀਆ ਬਣਨੀ ਹੈ ਸਿਰੇ ਦੀ ਟੱਕਰ ਹੈ ਕਹਿੰਦੇ ਵੀ ਕੀ ਘਰਾਂ ਤੋਂ ਸੇ ਲੜਾਈ ਹੈ ਵੀ ਭੱਜ ਕੇ ਹਟਾਈ ਮਤਰਾ ਵੀ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜਦੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜਦੇ ਪਰ ਜੀ ਕਹਿੰਦੇ ਰਣ ਰਣ ਦੀ ਲੜਾਈ ਹੈ ਇੱਕ ਇੱਕ ਘਰਾਂ ਦੀ ਲੜਾਈ ਹੈ ਕਹਿੰਦੇ ਅਗਲੀ ਗੇਂਦ ਦਾ ਸਾਹਮਣਾ ਡੈੱਡ ਬਾਲ ਆ ਯਾਰ ਬਾਈ ਬਾਈ ਇਹ ਛਾਤਰੀ ਤੇ ਲੱਗ ਕੇ ਗਈ ਯਾਰ ਲੱਗੀ ਆ ਬਾਈ ਲੱਗੀ ਤਾਂ ਹੈ ਨੀ ਬਸ ਦੇ ਦੋ ਕੋਈ ਨਾ ਆਪਾਂ ਵਿੱਚ ਦਿੱਤੀ ਨਹੀਂ ਲੈ ਟੋਪੀ ਵਾਲੇ ਛੱਕਾਂ ਮਾਰੇ ਨਾ ਗੱਲ ਫੇਰ ਮੰਡੀ ਹੈ ਪਤਾ ਲੱਗ ਜੇ ਵੀ ਧੂਰੀ ਵਾਲਾ ਵੀ ਧਨੌਲੇ ਮੰਡੀ ਖੇਡਣਾ ਹੈ ਔਖਤੇ ਮਰੀ ਰਾਣੇ ਦੇ ਖੇਡ ਮੈਦਾਨ ਦੇ ਵਿੱਚ